ਤਸੀਵਨ ਕਿਹੜਾ ਹੁੰਦਾ ਹੈ ਆਮ ਦਿਨਾਂ ਵਿੱਚ ਦਰਿਆ ਕੁਦਰਤੀ ਕਿਨਾਰਿਆਂ ਵਿੱਚ ਤੇ ਕੁਦਰਤੀ ਰਾਹ ਵਿੱਚ ਚੱਲਦਾ ਹੈ ਪਰ ਵਾਰਸ਼ਾਂ ਦੇ ਦਿਨਾਂ ਵਿੱਚ ਜਦੋਂ ਇਸ ਵਿੱਚ ਪਾਣੀ ਬਹੁਤ ਵਧ ਜਾਂਦਾ ਹੈ ਤਾਂ ਇਹ ਕੁਦਰਤੀ ਕਿਨਾਰਿਆਂ ਵਿੱਚ ਪਾਣੀ ਨੂੰ ਨਾ ਸੰਭਾਲਦਾ ਹੋਇਆ ਉਹਨਾਂ ਤੋਂ ਬਾਹਰ ਵਗਣ ਲੱਗਦਾ ਹੈ ਉਸ ਸਮੇਂ ਪਾਣੀ ਨੂੰ ਰੋਕਣ ਲਈ ਅਖੀਰ ਵਿੱਚ ਜੋ ਬੰਨ ਬਣਿਆ ਹੁੰਦਾ ਹੈ ਉਸ ਨੂੰ ਤਸੀਵਨ ਆਖਦੇ ਹਨ ਹਿੰਦੀ ਵਿੱਚ ਇਸ ਨੂੰ ਟੱਟ ਬੰਦ ਆਖਿਆ ਜਾਂਦਾ ਹੈ ਇਸ ਬੰਨ ਨੂੰ ਪੌੜੀਆਂ ਦੀ ਸ਼ਕਲ ਵਿੱਚ ਬਣਾਇਆ ਜਾਂਦਾ ਹੈ। ਇਸ ਤਰ੍ਹਾਂ ਬਣਾਉਣ ਨਾਲ ਬੰਦ ਦੀ ਮਜ਼ਬੂਤੀ ਤਾਂ ਵੱਧਦੀ ਹੈ ਅਤੇ ਇਹ ਦਰਿਆ ਦੇ ਪਾਣੀ ਦੀ ਤੀਬਰਤਾ ਨੂੰ ਘਟ ਕਰਨ ਵਿੱਚ ਵੀ ਮਦਦ ਕਰਦਾ ਹੈ। ਬਾਹਰਲੇ ਪਾਸੇ ਪੌੜੀਆਂ ਇਸ ਲਈ ਬਣਾਈਆਂ ਜਾਂਦੀਆਂ ਹਨ ਕਿ ਜੇਕਰ ਦਰਿਆ ਦਾ ਪਾਣੀ ਇਸ ਬੰਦ ਦੇ ਉੱਪਰ ਦੀ ਬਾਹਰ ਵੀ ਜਾਵੇ ਤਾਂ ਬੰਨ ਨੂੰ ਖਾਰ ਨਾ ਸਕੇ। ਕੁਦਰਤੀ ਤੌਰ ਤੇ ਬਣਿਆ ਤੁਸੀ ਬੰਨ ਇਸ ਤਰ੍ਹਾਂ ਦਾ ਨਹੀਂ ਹੁੰਦਾ। ਇਸ ਦੇ ਦੋਵੇਂ ਪਾਸੇ ਟਲਾਂ ਹੁੰਦੀ ਹੈ ਅਤੇ ਦਰਿਆ ਵਿੱਚ ਹੜਾ ਸਮੇਂ ਆਏ ਗਾਰ, ਮਿੱਟੀ, ਕੰਕਰ ਆਦਤ ਤੋਂ ਬਣਿਆ ਹੁੰਦਾ ਹੈ।